हेलो गाइस नमस्ते अस्सलाम वालेकुम यू आर वाचिंग एजी प्रोडक्शन पीकेजी मैं हूं जीम बुखारी होप सो गाइस तुम सारे ठीक होंगे बढ़िया होंगे जिंदगी नु एंजॉय कर रहे होंगे तो आज अपन जड़ी वीडियो के ऊपर रिएक्शन देने चले हैं जी वो है जी गुरु गोविंद सिंह जी ने क्यों भेजा बास ਇਹ ਤਾਂ ਹੁਣ ਮਤਲਬ ਕਿ ਟਾਈਟਲ ਤੋਂ بڑے ਕੁਐਸਚਨਸ ਹੁੰਦੇ ਨੇ ਯਾਰ ਕੀ ਰੀਜ਼ਨ ਹੋ ਸਕਦੀ ਆ ਬਾਜ਼ ਭੇਜਣ ਦੀ ਕੋਈ ਮੈਸੇਜ ਹੋਏਗਾ ਜਾਂ ਕੋਈ ਪੈਗਾਮ ਹੋਏਗਾ ਲਾਈਟ ਸੀ ਕਿ ਕੀ ਹੈ ਇਸ ਵੀਡੀਓ 'ਚ ਮੈਂ ਤਾਂ ਐਕਸਾਈਟਡ ਆ ਵੀਡੀਓ ਦੇਖਣ ਲਈ ਗਰੁੱਪ ਗੋਬਿੰਦ ਸਿੰਘ ਜੀ ਦੇ ਬਾਰੇ 'ਚ ਗੱਲ ਕਰੀਏ ਯਾਰ ਮਹਾਨ ਸ਼ਖਸੀਅਤ ਸੀ ਇਹ ਆ ਮੈਂ इनके एको नाते चेहरे से जड़ा नूर ते दूसरा उन्होंने जड़ियां कुर्बानियां ਦਿੱਤੀਆਂ ਨਾ ਉਹ ਮੇਰੇ ਸਭ ਤੋਂ ਮਤਲਬ ਕਿ عزیز ਆ ਮੇਰੇ ਲਈ ਮਤਲਬ ਕਿ ਆਪਣੇ ਬੱਚੇ ਕੁਰਬਾਨ ਕਰ ਦੇਣੇ ਫਿਰ ਵੀ ਖੜੇ ਰਹਿਣਾ ਹੈ ਜ਼ਾਲਿਮਾਂ ਦੇ ਖਿਲਾਫ ਮੁਕਾਬਲਾ ਕਰਨਾ ਤੇ ਇਹ ਬੜੀ ਇੱਕ ਹਿੰਮਤ ਵਾਲੀ ਗੱਲ ਹੁੰਦੀ ਆ ਜੋ ਕਿ ਹਰ ਕਿਸੇ 'ਚ ਨਹੀਂ ਪਾਈ ਜਾਂਦੀ ਤੇ ਓਕੇ ਫਿਰ ਟਾਈਮ ਵੇਸ ਕਿਤੇ ਬਗੈਰ ਆਪਾਂ ਚੱਲਦੇ ਆਂ ਵੀਡੀਓ ਦੇਖਦੇ ਆਂ ਅਗਰ ਵੀਡੀਓ ਦੇਖਣ ਤੋਂ ਪਹਿਲਾਂ ਯਾਰ ਇੱਕ ਰਿਕੁਐਸਟ ਆ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤਾਂ ਕਿ ਮਜ਼ੀਦ ਆਨ ਆਦੀਆਂ ਵੀਡੀਓ ਤੁਹਾਨੂੰ ਮਿਲਦੀ ਰਹਿਣ ਇਹ ਰਿਕੁਐਸਟ ਹੁੰਦੀ ਆ ਬਸ ਆਪਣੇ ਤੇ ਚਲੋ ਫਿਰ ਚੱਲ ਕੇ ਵੀਡੀਓ ਨੂੰ ਸਟਾਰਟ ਕਰਦੇ ਆਂ ਦੇਖਦੇ ਬੰਦੇ ਦਰਬਾਰ 'ਚ ਸ਼ਰਮਿੰਦਾ ਨਾ ਹੋਣਾ ਪਏ ਇਸ ਲਈ ਐਸਾ ਕੋਈ ਕੰਮ ਨਾ ਕਰ ਜਿਹਦੇ ਕਰਕੇ ਲੋਕ ਵਿੱਚ ਵੀ ਮੂੰਹ ਕਾਲਾ ਹੋਵੇ ਮਰਨ ਤੋਂ ਮਰ ਰੱਬ ਦੀ ਦਰਗਾਹ ਵਿੱਚ ਵੀ ਸ਼ਰਮਿੰਦਾ ਹੋਵੇ ਐਸਾ ਕੋਈ ਕਰਮ ਹੈ ਜਿਹਦੇ ਕਰਕੇ ਸ਼ਰਮਿੰਦਾ ਹੋਣਾ ਪੈਂਦਾ ਹੈ ਤੇ ਕਰਮ ਧੋਗਣਾ ਪੈਂਦਾ ਇੱਕ ਸਾਧ ਸੰਗਤ ਤੁਸੀਂ ਕਦੇ ਫਿਰੋਜ਼ਪੁਰ ਜਾਓ ਤਾਂ ਫਿਰੋਜ਼ਪੁਰ ਐਂਟਰ ਕਰਦੇ ਆ ਸਾਰ ਇਹ ਕਥਾ ਮੈਂ ਲਾਈਵ ਟੈਲੀਵਿਜ਼ਨ ਤੋਂ ਵੀ ਕਹੀ ਜਿੱਥੇ ਫੌਜੀ ਕੈਂਟ ਬਣਿਆ ਹੋਇਆ ਹੈ ਡੇਢ 2 ਢਾਈ ਕਿਲੋਮੀਟਰ ਬਾਹਰ ਇਸ ਸ਼ਹਿਰ ਤੋਂ ਜਦੋਂ ਤੁਸੀਂ ਫਿਰੋਜ਼ਪੁਰ ਐਂਟਰ ਕਰੋਗੇ ਉੱਥੇ ਖੱਬੇ ਪਾਸੇ ਹਾਈਵੇ ਤੇ ਵੱਡੀ ਸੜਕ ਤੇ ਇੱਕ ਗੁਰਦੁਆਰਾ ਬਣਿਆ ਹੋਇਆ ਹੈ ਉਹ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਰਨ ਛੋਪਾ ਪ੍ਰਾਪਤ ਹੈ ਉਸ ਗੁਰਦੁਆਰੇ ਦਾ ਨਾਮ ਹੈ ਗੁਰਦੁਆਰਾ ਜਾਮਣੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਧਰਤੀ ਉੱਤੇ ਚਰਨ ਪਾਏ ਉੱਥੇ ਉਦੋਂ ਜੰਗਲ ਦਰਖਤ ਦੀ ਦਰਖਤ ਸਨ ਕਲਗੀਧਰ ਪਾਤਸ਼ਾਹ ਨੇ ਉਸ ਜਗ੍ਹਾ ਉੱਤੇ ਇੱਕ ਕਰਮ ਕੀਤਾ ਜਿਹਦੇ ਕਰਕੇ ਉਹ ਗੁਰਦੁਆਰਾ ਬਣਿਆ ਪਾਤਸ਼ਾਹ ਦੇ ਹੱਥ ਉੱਤੇ ਜਾਂ ਮੋਢੇ ਉੱਤੇ ਬਾਝ ਬੈੰਦਾ ਸੀ ਇਹ ਤੁਸੀਂ ਸੁਣਿਆ ਇਤਿਹਾਸ ਜਿਹੜਾ ਮਹਾਰਾਜ ਨੇ ਬਾਜ ਰੱਖਿਆ ਸੀ ਨਾ ਉੱਥੇ ਬੈਠਿਆ ਬੈਠਿਆ ਤਿੱਤਰ ਦੇ ਮਗਰ ਲਾ ਦਿੱਤਾ ਕਹਿੰਦੇ ਬਾਜ ਨੂੰ ਛੱਡ ਦਿੱਤਾ ਤਿੱਤਰ ਨੂੰ ਪਕੜ ਬਾਜ ਨੇ ਤਿੱਤਰ ਨੂੰ ਘੇਰ ਲਿਆ ਤੇ ਲੰਬੀ ਚੁੰਝ ਮਾਰ ਕੇ ਧਰਤੀ ਤੇ ਸੁੱਟ ਲਿਆ ਫਿਰ ਬਾਜ ਨੇ ਚੁੰਝਾਂ ਮਾਰ ਮਾਰ ਕੇ ੜਫਾ ੜਫਾ ਕੇ ਤਿੱਤਰ ਮਾਰ ਦਿੱਤਾ ਜਦੋਂ ਤਿੱਤਰ ਮਰ ਗਿਆ ਬਾਜ ਨੇ ਖਾਦਾ ਨਹੀਂ ਬੜੀ ਹੈਰਾਨਗੀ ਹੋਈ ਤਿੱਤਰ ਬਾਜ ਤੇ ਮਾਸ ਖੰਦਾ ਤਾਂ ਜਦੋਂ ਹੁਣ ਇਸ ਤਰ੍ਹਾਂ ਚੁੰਝਾ ਮਾਰ ਕੇ ਮਾਰਿਆ ਫਿਰ ਖਾਦਾ ਕਿਉਂ ਨਹੀਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੁੱਲੇ ਕਹਿੰਦੇ ਮਰੇ ਹੋਏ ਤਿੱਤਰ ਨੂੰ ਚੁੱਕੋ ਇੱਥੇ ਟੋਆ ਪੁੱਟ ਕੇ ਕੱਪੜਾ ਪਾ ਕੇ ਦਫਨਾ ਦਿਓ ਬੜੇ ਅਦਬ ਨਾਲ ਦਫਨਾਇਆ ਹੁਣ ਸਿੱਖਾਂ ਨੂੰ ਸਵਾਲ ਕਰਨਾ ਪਿਆ ਮਹਾਰਾਜ ਜੇ ਇਹਨੂੰ ਇੰਨੇ ਅਦਬ ਨਾਲ ਦਫਨਾਉਣਾ ਸੀ ਮਿੱਟੀ ਵਿੱਚ ਫਿਰ ਇਹਨੂੰ ਮਰਵਾਇਆ ਕਿਉਂ ਹੈ ਬਿਲਕੁਲ ਸਹੀ ਹੈ ਮਹਾਰਾਜ ਬਾਜ ਦੇ ਹੱਥੋਂ ਤਿੱਤਰ ਕਿਉਂ ਮਰਵਾਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਭਾਈ ਇਹ ਜਿਹੜਾ ਤਿੱਤਰ ਮਰਵਾਇਆ ਨਾ ਇਹ ਤਿੱਤਰ ਪੂਰਬਲੇ ਜਨਮ ਦਾ ਸਾਡਾ ਸਿੱਖ ਹੈ ਕਹਿੰਦੇ ਮਹਾਰਾਜ ਸਿੱਖ ਤਿੱਤਰ ਬਣ ਗਏ ਮਹਾਰਾਜ ਕਿਉਂ ਕਲਗੀਧਰ ਪਾਤਸ਼ਾਹ ਕਹਿੰਦੇ ਭਾਈ ਇਹ ਸਭ ਪੂਰਾ ਕੀਤਾ ਹੈ ਇਹਦੇ ਕਰਮ ਖਲੋਤੇ ਸਨ ਹੁਣ ਬਰਾਬਰ ਕਰ ਦਿੱਤੇ ਨੇ ਮਹਾਰਾਜ ਕਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਜਿਹੜਾ ਬਾਜ ਅਸੀਂ ਰੱਖਿਆ ਨਾ ਇਹ ਸਾਡਾ ਸਿੱਖ ਨਹੀਂ ਹੈ ਪਰ ਫਿਰ ਵੀ ਇਹਨੂੰ ਅਸੀਂ ਆਪਣੇ ਹੱਥ ਤੇ ਬਿਠਾਈਦਾ ਇਹਨੂੰ ਅਸੀਂ ਆਪਣਾ ਭੋਜਨ ਖਲਾਈਦਾ ਇਹਨੂੰ ਆਪਣੇ ਮੋਢੇ ਤੇ ਰੱਖੀਦਾ ਇਹ ਸਾਡਾ ਸਿੱਖ ਨਹੀਂ ਇਹ ਪੂਰਬਲੇ ਜਨਮ ਦਾ ਬਹੁਤ ਅਮੀਰ ਸੇਠ ਹੈ ਕਹਵੇਂ ਮਹਾਰਾਜ ਆ ਤਾਂ ਗੱਲ ਸਮਝ ਨਾ ਆਈ ਸਿੱਖ ਨੂੰ ਤਿੱਤਰ ਬਣਾ ਦਿੱਤਾ ਜਿਹੜਾ ਤੁਹਾਡਾ ਸਿੱਖ ਨਹੀਂ ਕੱਲਾ ਸੇਠ ਹੈ ਉਹਨੂੰ ਤੁਸੀਂ ਬਾਜ ਬਣਾ ਕੇ ਮੋਢੇ ਤੇ ਰੱਖ ਦਿਓ ਆਪਣਾ ਭੋਜਨ ਖਲਾਉਂਦੇ ਹੋ ਕਿਉਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸੁਣੋ ਫਿਰ ਕਹਿੰਦੇ ਸਿੱਖੋ ਇਹ ਜਿਹੜਾ ਤਿੱਤਰ ਹੈ ਨਾ ਇਹ ਸਿੱਖ ਸੀ ਸਾਡਾ ਇਹਨੇ ਇਸ ਸੇਠ ਕੋਲੋਂ ਪੈਸੇ ਲਏ ਵਿਆਜੂ ਪੈਸੇ ਲੈਣ ਤੋਂ ਬਾਅਦ ਨਾ ਵਿਆਜ ਦਿੱਤਾ ਤੇ ਨਾ ਮੂਲ ਮੁੜਿਆ ਕਹਿੰਦੇ ਪੈਸੇ ਮਾਰ ਕੇ ਪਿੰਡ ਬਦਲ ਕੇ ਭੱਜ ਗਿਆ ਹੋਰ ਕਿਸੇ ਪਿੰਡ ਚਲਾ ਗਿਆ ਕਹਿੰਦੇ ਸੇਠ ਲੱਭਦਾ ਰਿਆ ਥੋੜੇ ਮਹੀਨਿਆਂ ਸਾਲਾਂ ਬਾਅਦ ਕਿਸੇ ਨੇ ਦੱਸਿਆ ਸੇਠ ਜੀ ਉਹ ਜਿਹੜੇ ਬੰਦੇ ਨੇ ਤੁਹਾਡੇ ਪੈਸੇ ਨਹੀਂ ਮਾਰੇ ਉਹ ਫਲਾਨੇ ਪਿੰਡ ਰਹਿੰਦਾ ਹੁਣ ਜਿੱਦਾਂ ਏਜੰਟ ਭੱਜ ਜਾਂਦੇ ਨੇ ਕਈ ਕਈ ਜਨਮਾਂ ਤੋਂ ਇਹ ਸਾਡੇ ਖੂਨ ਵਿੱਚ ਰਹਿੰਦਾ ਧੋਖਾ ਕਰਨਾ ਕਿਸੇ ਨਾਲ ਸਾਥ ਸੰਗਤ ਇਹ ਆਦਤ ਇੰਨੀ ਮਾੜੀ ਹੈ ਬੰਦੇ ਦੇ ਵਸ ਦੀ ਗੱਲ ਨਹੀਂ ਮੈਨੂੰ ਮਾਫ ਕਰਿਓ ਇਹ ਸਚਾਈ ਹੈ ਭੈਣ ਕਿਸੇ ਦੀ ਵਿਦੇਸ਼ ਵਿੱਚ ਰਹਿੰਦੀ ਹੋਵੇ ਸਗੀ ਭੈਣ ਭਰਾ ਨੂੰ ਠੇਕਾ ਦੇ ਦੇ ਭਰਾਵਾ ਆ ਮੇਰੀ ਕੋਠੀ ਬਣਾਉਣੀ ਹੈ ਪੈਸੇ ਮੈਂ ਕੱਲਣੇ ਨੇ ਮੈਨੂੰ ਮਾਫ ਕਰਿਓ ਬਿਰਲਿਆਂ ਨੂੰ ਕਰੋਨਾ ਚੋਂ ਇੱਕਦਾਂ ਹੋਏਗਾ ਜਿਹੜਾ ਬਿਲਕੁਲ ਧਰਮ ਰੱਖ ਕੇ ਆਪਣੀ ਭੈਣ ਦਾ ਘਰ ਬਣਾਉਂਦਾ ਨਹੀਂ ਤੇ ਸਕੀਆਂ ਭੈਣਾਂ ਨਾਲ ਧੋਖਾ ਹੋ ਜਾਂਦਾ ਜੇ 50 ਲੱਖ ਕੋਠੀ ਤੇ ਲੱਗਦਾ 10 ਲੱਖ ਭਰਾ ਵੀ ਕੱਢ ਲੈਂਦਾ ਇਹ ਧੋਖਾ ਮਨ ਵਿੱਚ ਹੈ ਬੜੇ ਬੜੇ ਲੋਕ ਨੇ ਜਿਹੜੇ ਆਪਣੇ ਨਾਲ ਦੀਆਂ ਜੰਮੀਆਂ ਭੈਣਾਂ ਨਾਲ ਧੋਖਾ ਕਰ ਜਾਂਦੇ ਇਹ ਕਰੋਨਾ ਚੋਂ ਕੋਈ ਇੱਕ ਹੈ ਜਿਹੜਾ ਇਮਾਨਦਾਰੀ ਨਮਾਉਂਦਾ ਹੈ ਜਿਹੜਾ ਆਪਣੇ ਸੱਜਿਆਂ ਨਾਲ ਧੋਖਾ ਕਰ ਦੇ ਦੂਜਾ ਉਹਦਾ ਕੀ ਲੱਗਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਤਾਂ ਕਿਹਾ ਭਾਈ ਇਹ ਕਈ ਜਨਮਾਂ ਤੋਂ ਆਦਤ ਬਣੀ ਗੁਰੂ ਗੋਵਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਪੈਸੇ ਮਾਰ ਕੇ ਭੱਜ ਗਿਆ ਕਿਸੇ ਨੇ ਦੱਸਿਆ ਫਲਾਨੇ ਪਿੰਡ ਰਹਿੰਦਾ ਹੈ ਕਹਿੰਦੇ ਸੇਠ ਬੰਦੇ ਲੈ ਕੇ ਉੱਥੇ ਚਲਾ ਗਿਆ ਇਹ ਸਿੱਖ ਪਕੜਿਆ ਗਿਆ ਇਹਨੂੰ ਕਿਹਾ ਭਾਈ ਪੈਸੇ ਦੇ ਇਹ ਕਹਿੰਦਾ ਹੁਣ ਮੇਰੇ ਕੋਲ ਨਹੀਂ ਮੈਂ ਤੁਹਾਨੂੰ ਥੋੜੇ ਮਹੀਨਿਆਂ ਵਿੱਚ ਥੋੜੇ ਥੋੜੇ ਕਰਕੇ ਪੈਸੇ ਦੇ ਦਾਂਗਾ ਕਹਿੰਦੇ ਸੇਠ ਨੇ ਕਿਹਾ ਤੇਰੀ ਗਜਮਣੀ ਕੌਣ ਲੈਂਦਾ ਵੇ ਗਰੰਟੀ ਦਾ ਸਕੌਣ ਲੈਂਦਾ ਕੋਈ ਪਿੰਡ ਚੋਂ ਬੰਦਾ ਪੰਚੈਤੀ ਤੇਰੀ ਗਰੰਟੀ ਲਵੇ ਕਿ ਇਹ ਬੰਦਾ ਪੈਸੇ ਦੇ ਦੇਗਾ ਫਿਰ ਤੈਨੂੰ ਛੱਡ ਦਾਂਗੇ ਨਹੀਂ ਤੇ ਪੈਸੇ ਇੱਥੇ ਰੱਖ ਕਹਿੰਦੇ ਪੰਚਾਇਤ ਵਿੱਚ ਕਿਸੇ ਨੇ ਜਾਮਣੀ ਨਾ ਚੁੱਕੀ ਚੋਰ ਦੀ ਜਾਮਣੀ ਕੌਣ ਚੁੱਕਦਾ ਹੈ ਇੱਕ ਦੋ ਚਾਰ ਬੰਦਾ ਜਦੋਂ ਡਿਫਾਲਟਰ ਹੋ ਜਾਏ ਬੈਂਕ ਦੇ ਡਿਫਾਲਟਰ ਦੀਆਂ ਕੌਣ ਜਾਮਣੀਆਂ ਦਿੰਦਾ ਬਾਅਦ ਵਿੱਚ ਇਹ ਤਾਂ ਸੱਚ ਹੈ ਸਾ社 ਸੰਗਤ ਚੋਰ ਕੀ ਹਮ ਭਰੇ ਨਾ ਕੋਏ ਚੋਰ ਕੀ ਆ ਚੰਗਾ ਕਿਉਂ ਹੋਏ ਕਹਿੰਦੇ ਜਦੋਂ ਕਿਸੇ ਪੰਚਾਇਤੀ ਨੇ ਜਾਮਣੀ ਨਾ ਦਿੱਤੀ ਤਾਂ ਫਿਰ ਇਹ ਸਿੱਖ ਬੇਵਸ ਹੋਇਆ ਇਨੇ ਸੇਠ ਨੂੰ ਹੱਥ ਜੋੜ ਕੇ ਕਿਹਾ ਕੋਈ ਬੰਦਾ ਮੇਰੀ ਗਰੰਟੀ ਜਾਮਣੀ ਦੇਣ ਲਈ ਤਿਆਰ ਨਹੀਂ ਪਰ ਸੇਠ ਸਾਹਿਬ ਮੈਂ ਤੁਹਾਡੇ ਪੈਸੇ ਮੋੜ ਦਾਂਗਾ ਮੈਂ ਗੁਰੂ ਦਾ ਸਿੱਖ ਆਪਣੇ ਗੁਰੂ ਦੀ ਜਾਮਣੀ ਦਿੰਨਾ ਤੈਨੂੰ ਪੈਸੇ ਮੋੜਾਂਗਾ ਕਹਿੰਦੇ ਨੇ ਗੁਰੂ ਦੀ ਜਾਮਣੀ ਦਿੱਤੀ ਤੇ ਸੇਠ ਨੇ ਵਿਸ਼ਵਾਸ ਕਰਕੇ ਕਿਹਾ ਜਾ ਬਈ ਕਿਸੇ ਬੰਦੇ ਨੇ ਜਾਮਣੀ ਨਹੀਂ ਭਰੀ ਜਾ ਤੂੰ ਗੁਰੂ ਦਾ ਨਾਮ ਲਿਆ ਤੈਨੂੰ ਛੱਡ ਦਿੱਤਾ ਤੂੰ ਗੁਰੂ ਦੇ ਨਾਮ ਦੀ ਜਾਮਣੀ ਦਿੱਤੀ ਹੈ ਜਾ ਤੇਰੇ ਤੇ ਵਿਸ਼ਵਾਸ ਕਰਨੇ ਹੁਣ ਪੈਸੇ ਦੇ ਦੇਂ ਕਹਿੰਦੇ ਗੁਰੂ ਦੀ ਜਾਮਣੀ ਦੇਣ ਤੋਂ ਬਾਅਦ ਇਸ ਸਿੱਖ ਨੇ ਪੈਸੇ ਫਿਰ ਬਿਨਾ ਮੋੜੇ ਉਸ ਸੇਠ ਦੇ ਪੈਸੇ ਵਿਆਜ ਸਮੇਤ ਮੂਲ ਮਰ ਗਿਆ ਹੋਰ ਕਿਸੇ ਪਿੰਡ ਚ ਲੁੱਕ ਗਿਆ ਅਖੀਰ ਇੱਕ ਦਿਨ ਸੇਠ ਵੀ ਬੁੱਢਾ ਹੋ ਕੇ ਮਰ ਗਿਆ ਇਹਨੂੰ ਲੱਗਾ ਮੇਰੇ ਪੈਸੇ ਬਚ ਗਏ ਬੰਦਾ ਹੀ ਮਰ ਗਿਆ ਕਹਿੰਦੇ ਬਾਅਦ ਵਿੱਚ ਕੁਝ ਸਾਲਾਂ ਬਾਅਦ ਇਹ ਵੀ ਮਰ ਗਿਆ ਕਹਿੰਦੇ ਮਹਾਰਾਜ ਫੇਰ ਕਹਿੰਦੇ ਫੇਰ ਕੀ ਮਰਨ ਤੋਂ ਬਾਅਦ ਜਿਹੜੇ ਸੇਠ ਨੇ ਗੁਰੂ ਦੇ ਨਾਮ ਦੀ ਜਾਮਣੀ ਉੱਤੇ ਪੈਸੇ ਛੱਡੇ ਸੀ ਉਹਨੂੰ ਅਸੀਂ ਆਪਣੇ ਮੋਢੇ ਤੇ ਬਿਠਾ ਕੇ ਰੱਖੀਦਾ ਉਹਨੂੰ ਆਪਣਾ ਭੋਜਨ ਖਲਾਈਦਾ ਉਹਨੂੰ ਹੱਥ ਦੇ ਨੇੜੇ ਰੱਖੀਦਾ ਜਿਹੜਾ ਗੁਰੂ ਦੇ ਨਾਮ ਤੇ ਧੁੱਖਾ ਕਰ ਗਿਆ ਉਹ ਤਿੱਤਰ ਬਣ ਕੇ ਭਟਕਦਾ ਕਹਿੰਦੇ ਐਸ ਜਗ੍ਹਾ ਤੇ ਜਾਮਣੀ ਪੂਰੀ ਕੀਤੀ ਹੈ ਸਾਡੇ ਨਾਮ ਦੀ ਜਾਮਣੀ ਸੀ ਅੱਜ ਬਾਜ ਨੂੰ ਕਿਹਾ ਸੇਠ ਜਾ ਹੁਣ ਆਪਣਾ ਸਾਹ ਪੂਰਾ ਕਰ ਕਹਿੰਦੇ ਚਿੱਤਰ ਦੇ ਚੁੰਝਾਂ ਮਾਰ-ਮਾਰ ਕੇ ਮਾਰ ਦਿੱਤਾ ਜਿੱਥੇ ਪਾਤਸ਼ਾਹ ਨੇ ਜਾਮਣੀ ਪੂਰੀ ਕੀਤੀ ਉਹ ਗੁਰਦੁਆਰੇ ਦਾ ਨਾਮ ਹੈ ਜਾਮਣੀ ਸਾਹਿਬ। ਕਿਆ ਬਾਤ ਹੈ। ਤੇ ਸਿੱਖਾਂ ਨੇ ਕਿਹਾ ਮਹਾਰਾਜ ਇਹ ਤੁਹਾਡਾ ਸਿੱਖ ਸੀ। ਪਾਤਸ਼ਾਹ ਕਹਿੰਦੇ ਫਿਰ ਕੀ ਹੋਇਆ ਸਿੱਖ ਸੀ। ਗੁਰੂ ਦੀ ਨਜ਼ਰ ਵਿੱਚ ਸਿੱਖ ਨੂੰ ਸਿੱਖ ਪਿਆਰਾ ਨਹੀਂ ਗੁਰੂ ਨੂੰ ਰਹਿਤ ਪਿਆਰੀ ਹੈ। ਪਾਤਸ਼ਾਹ ਨੇ ਲਿਖ ਕੇ ਦਿੱਤਾ ਰਹਿਤ ਪਿਆਰੀ ਮੁਝ ਕੋ ਸਿੱਖ ਬਿਆਰਾ ਨਾਹੀਂ ਬਾਰੋਂ ਅਖਵਾਵੇ ਅਸੀਂ ਤਾਂ ਸਰਦਾਰ ਰੰਮੜੇ ਮੈਂ ਤਾਂ ਬੜਾ ਵੱਡਾ ਸਿੱਖ ਜੀ ਇੰਨੀ ਸੇਵਾ ਸਿੰਘ ਕਰੀ ਦੀ ਮਹਾਰਾਜ ਕਹਿੰਦੇ ਗੁਰੂ ਨੂੰ ਰਹਿਤ ਬਿਹਾਰੀ ਹੈ ਭਾਈ ਗੁਰੂ ਦਾ ਉਪਦੇਸ਼ ਸੁਣ ਤੇ ਐਸਾ ਕੋਈ ਕੰਮ ਨਾ ਕਰੀ ਜਿਹਦੇ ਕਰਕੇ ਤੈਨੂੰ ਸ਼ਰਮਿੰਦਾ ਹੋਣਾ ਪਏ ਕੀ ਬਾਤ ਹੈ ਯਾਰ ਜ਼ਬਰਦਸਤ ਯਾਰ ਬਹੁਤ ਵਧੀਆ ਲੱਗੀ ਵੀਡੀਓ ਇੱਕ ਸਾਨੂੰ ਹੋਰ ਨਾਲੇਜ ਗੇਨ ਕਰਨ ਨੂੰ ਮਿਲਿਆ ਅਬਾਊਟ ਜਿਹੜਾ ਬਾਜ਼ ਪੇਜਾ ਹੈ ਸ਼ੁਰੂ ਚ ਇਹ ਤਾਂ ਮੈਂ ਕਨਫਿਊਜ਼ ਹੋ ਗਿਆ ਸੀ ਯਾਰ ਇੱਕ ਇੱਕ ਕੜੀ ਕਹਾਣੀ ਆ ਤੇ ਤਰਾਲੀ ਤੇ ਬਾਦ ਵਾਲੀ ਬਾਦ ਚ ਉਹਨਾਂ ਨੇ ਫਿਰ ਦੱਸਿਆ ਕਿ सेठ ਹੁੰਦਾ ਸੀ ਤੇ ਇੱਕ ਸੇਖ ਬੰਦਾ ਹੁੰਦਾ ਸੀ ਹੈ ਉਹਨੇ ਫਿਰ ਜ਼ਮਾਨਤ ਉਰਦੂ ਚ ਉਹਨੂੰ ਕਹਿੰਦੇ ਨੇ ਜਾਮਨੇ ਨੂੰ ਜ਼ਮਾਨਤ ਹੈ ਤੇ ਗਵਾਹੀ ਦੇਣਾ ਹੈ ਉਸ ਤੋਂ ਬਾਅਦ ਇਸੇ ਤਰ੍ਹਾਂ ਦੇਖੋ ਪੁਰਾਣੇ ਵਕਤਾਂ ਦੇ ਲੋਕ ਨਾ ਬੜੇ ਪੈਟਰੀਓਟਿਕ ਲੋਕ ਹੁੰਦੇ ਸੀ ਆਈ ਮੈਂ ਕਿ ਬੰਦਾ ਬੈਠਾ ਨਾ ਦੇਖੀ ਜਾਵੇ ਹੈ ਇਹਨੂੰ ਆਈ ਥਿੰਕ ਕਥਾ ਕਹਿੰਦੇ ਨੇ ਇਹਨੂੰ ਹਨਾ ਤੇ ਅੱਜ ਜਿਹੜੀ ਮੈਂ ਸੁਣੀ ਆ ਤੇ ਦਿਲ ਕਰਦਾ ਸੁਣੀ ਜਾਈਏ ਹੈ ਇਸ ਫਰੀ ਬਾਰੇ ਜਾਣਦੇ ਜਾਈਏ ਕਿ ਪੁਰਾਣੇ ਲੋਕ ਜਿਤਾ ਗੁਰੂ ਗੋਬਿੰਦ ਸਿੰਘ ਜੀ ਹੋ ਗਏ ਤੇ ਜਿੰਨੇ ਵੀ ਆ 10 ਗੁਰੂ ਸੀ ਨਾ ਤੇ ਹੈ ਤੇ ਇਨਸਾਨ ਸੀ ਨਾ ਯਾਰ ਅਸੀਂ ਆਪਣੇ ਅੰਦਰ ਨਫ਼ਰਤਾਂ ਪੈਦਾ ਕਰ ਲਿੱਤੀਆਂ ਹੋਈਆਂ ਠੀਕ ਆ ਜਿਵੇਂ ਮੈਂ ਐਸੇ ਸਿੱਖਾਂ ਨੂੰ ਵੀ ਜਾਣਦਾ ਕਿ ਉਹ ਇਸਲਾਮ ਨੂੰ ਸਟੱਡੀ ਕਰ ਰਹੇ ਨੇ ਇਸਲਾਮ ਦੇ ਬਾਰੇ ਚ ਜਾਣ ਕੇ ਉਹਨਾਂ ਨੂੰ ਵੀ ਅੱਛਾ ਲੱਗਦਾ ਲਾਈਕ ਕਿ ਹਜ਼ਰਤ ਅਹਲੀ ਤੇ ਬਾਰੇ ਚ ਹਜ਼ਰਤ ਮੁਹੰਮਦ ਸੱਲਮ ਦੇ ਬਾਰੇ ਚ ਇਸ ਤਰ੍ਹਾਂ ਉਹ ਵੀ ਹਜ਼ਰਤ ਉਮਰ ਦੇ ਹਕੂਮਤ ਦੇ ਬਾਰੇ ਚ ਤੇ ਉਹ ਉਹ ਵੀ ਸਟੱਡੀ ਕਰਦੇ ਨੇ ਜਿਹੜੇ ਓਪਨ ਮਾਈਂਡ ਹੋ ਕੇ ਸੋਚਦੇ ਆ ਨਾ ਆਬਜ਼ਰਵੇਸ਼ਨ ਕਰਦੇ ਆ ਨਾ ਅਦਰ ਰਿਲੀਜੀਅਨ ਤੇ ਜਿਹੜੀ ਅੱਛੀ ਚੀਜ਼ ਆ ਉਹ ਪਿਕ ਕਰਦੇ ਹੀ ਕਰਦੇ ਆ ਮੈਨੂੰ ਉਹ ਚੀਜ਼ ਇੱਕ ਅੱਛੀ ਲੱਗਦੀ ਆ ਤੇ ਮੈਂ ਡੈਫੀਨੇਟਲੀ ਪਿਕ ਕਰਾਂਗਾ ਸੁਣਾਗਾ ਉਨੂੰ ਇੰਪਲੀਮੈਂਟ ਵੀ ਕਰਾਂਗਾ ਇੱਕ ਦੇਖੋ ਅੱਛਾ ਇਨਸਾਨ ਜਿਹੜਾ ਹੁੰਦਾ ਹੈ ਨਾ ਉਹ ਸਿਰਫ ਇੱਕ ਮਜ਼ਬ ਲਈ ਨਹੀਂ ਹੁੰਦਾ ਉਹ ਤਮਾਮ ਮਜ਼ਾਹਬ ਲਈ ਹੁੰਦਾ ਉਹ ਇੱਕ ਇੱਕ ਕਹਿ ਦੋ ਕਿ ਇਮਰਜ ਸੈੱਟ ਕਰ ਜਾਂਦਾ ਹੈ ਸਾਰਿਆਂ ਲੋਕਾਂ ਲਈ ਠੀਕ ਆ ਇਹ ਤਾਂ ਅਸੀਂ ਮਜ਼ਬ ਵੰਡ ਲਿੱਤੇ ਹੋਏ ਨੇ ਕਿ ਲਾਈਕ ਇਹ ਆ ਇੱਕ ਛੋਟੀ ਜੀ ਐਗਜ਼ੈਂਪਲ ਦਵਾ ਹੁਣ ਗੋਲਡਨ ਟੈਂਪਲ ਆਣਾ ਗੋਲਡਨ ਟੈਂਪਲ ਕਿਹਦੇ ਨਾਮ ਤੋਂ ਆ ਗੁਰੂ ਨਾਨਕ ਦੇਵ ਜੀ ਦੇ ਨਾਮ ਤੋਂ ਉੱਥੇ ਮੁਸਲਮਾਨ ਵੀ ਜਾਂਦਾ ਉੱਥੇ 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 ਹਿੰਦੂ ਵੀ ਜਾਂਦਾ ਉੱਥੇ ਕ੍ਰਿਸਚਨ ਵੀ ਜਾਂਦਾ ਉੱਥੇ ਦੂਸਰੇ ਕੀ ਨਾਮ ਹੈ तमाम ਰਿਲੀਜੀਅਨ ਦੇ ਲੋਕ ਜਾਂਦੇ ਵਿਜ਼ਿਟ ਕਰਦੇ ਠੀਕ ਆ ਇਸੇ ਤਰ੍ਹਾਂ ਹੀ ਤੁਸੀਂ ਅਜਮੇਰ ਸ਼ਰੀਫ ਚਲੇ ਜਾਓ ਠੀਕ ਆ ਉੱਥੇ Hindu ਵੀ ਜਾਂਦੇ ਦੁਆ ਮੰਗਦੇ ਸਿੱਖ ਵੀ ਜਾਂਦੇ ਦੁਆ ਮੰਗਦੇ ਮੁਸਲਮਾਨ ਵੀ ਜਾਂਦੇ ਦੁਆ ਮੰਗਦੇ ਕ੍ਰਿਸਚਨ ਵੀ ਜਾਂਦੇ ਦੁਆ ਮੰਗਦੇ ਕਿਉਂ ਦੁਆ ਮੰਗਦੇ ਮੇਰਾ ਕੁਐਸਚਨ ਆ ਕਿਉਂ ਦੁਆ ਮੰਗਦੇ ਆ 골ਡਨ ਟੈਂਪਲ ਜਾ ਕੇ ਤੇ ਉਥੇ ਅਜਮੇਰ ਸ਼ਰੀਫ ਜਾ ਕੇ ਬੇਸਿਕਲੀ ਉਥੇ ਕਿ ਇਨਸਾਨ ਸੀ ਇਨਸਾਨ ਸੀ ਜਿਹੜਾ ਮਤਲਬ ਕਿ ਉਹਦੀਆਂ ਗੱਲਾਂ ਐਸੀਆਂ ਸੀ ਜਿਹੜੀਆਂ तमाम مذہب ਦੇ ਲੋਕਾਂ ਨੂੰ ਅਛੀਆਂ ਲੱਗੀਆਂ ਠੀਕ ਆ ਉਹਦੀ ਤਬਲੀਗ ਐਸੀ ਸੀ ਜਿਹੜੀ तमाम مذہب ਦੇ ਲੋਕਾਂ ਨੂੰ ਦਿਲਾਚੇ ਅੱਛੀ ਲੱਗਦੀ ਠੀਕ ਆ ਹੁਣ ਦੇਖੋ ਬਾਹਰੋਂ ਕੋਈ ਵੀ ਸਦਰ ਆਂਦਾ ਕੈਨੇਡਾ ਦਾ ਸਦਰ ਆਂਦਾ ਵਜ਼ੀਰ ਆਜ਼ਮ ਆਂਦਾ 골ਡ ਕੋਈ ਸੇ ਐਕਟਰਾਂ ਦੀ ਮੂਵੀਜ਼ ਹੁੰਦੀਆਂ ਜਾਂਦੇ ਕਿ ਨਹੀਂ ਗੋਲਡਨ ਟੈਂਪਲ ਜਾ ਕੇ ਦੁਆ ਮੰਗਦੇ ਅਜਮੇਰ ਸ਼ਰੀਫ ਜਾ ਕੇ ਦੁਆਬ ਮੰਗਦੇ ਕੀ ਰੀਜ਼ਾ ਨਾ ਉਹਨਾਂ ਨੂੰ ਇੱਕ ਹੁੰਦਾ ਕਿ ਯਾਰ ਇਹ ਜਿਹੜੇ ਸ਼ਖਸ ਨੇ ਇਹ ਮਤਲਬ ਕਿ ਪਹੁੰਚੇ ਹੋਏ ਸ਼ਖਸ ਨੇ ਇਹਨਾਂ ਦੀ ਵੱਖਰੀ ਗੱਲ ਸੀ ਬਾਕੀਆਂ ਨਾਲੋਂ ਨਿਸਬਤ ਠੀਕ ਆ ਅਗਰ ਉਹ ਕਟਰ ਫਿਰਕਾਵਾਦੀ ਤਰ੍ਹਾਂ ਕਰਨ ਵਾਲੇ ਹੁੰਦੇ ਤੇ ਕਦੀ ਕੋਈ ਵੀ ਨਾ ਜਾਂਦਾ ਠੀਕ ਆ ਤੇ ਇਹੀ ਚੀਜ਼ ਆ ਸਾਨੂੰ ਸਿੱਖਣੀ ਚਾਹੀਦੀ ਸਾਨੂੰ ਓਪਨ ਮਾਈਂਡ ਹੋਣਾ ਪੈਣਾ ਯਾਰ ਓਪਨ ਮਾਈਂਡ ਹੋਵਾਂਗੇ ਤੇ ਇਸ ਦੁਨੀਆ ਦੇ ਰਹਿਣ ਦੇ ਕਾਬਿਲ ਹੋਵਾਂਗੇ ਆਦਰਵਾਇਸ ਨਫ਼ਰਤ ਆਣਾ ਕੁਝ ਵੀ ਨਹੀਂ ਰੱਖਿਆ ਇੱਕ ਦੂਜੇ ਦੇ ਦਰਮਿਆਨ ਜਸਟ ਨਫ਼ਰਤ ਨਫ਼ਰਤ ਉਹ ਆਲਰੇਡੀ ਸਾਡੇ ਦਿਲਾਂ ਚ ਬੜੀ ਪਰ ਚੁਕੀ ਆ ਮਹਿੰਗਾਈ ਦੀ ਵਇਆ ਤੋਂ ਰਿਸ਼ਤੇਦਾਰਾਂ ਦੀ ਵਇਆ ਤੋਂ ਬਟ ਤੁਸੀਂ ਮਜ਼ਬ ਚ ਉਪਰ ਮਾਈਂਡ ਹੋ ਕੇ ਚੱਲੋ ਉਹ ਇਹੀ ਬੜੀ ਅਚੀਵਮੈਂਟ ਆ ਤੇ ਚਲੋ ਫਿਰ ਮੈਨੂੰ ਦਿਓ ਇਜਾਜ਼ਤ ਮਿਲਦੇ ਆ ਅਗਲੀ ਵੀਡੀਓ ਚ ਥੈਂਕ ਯੂ ਸੋ ਮਚ ਟੇਕ ਕੇਅਰ ਅਲਾਹ ਫੇ